कहाँ करो कहाँ करो जो ना पहुंचे
No.
आँख पिता प्रभु मेरे राख पिता प्रभु मेरे मोहि निर्गुण सब गुण तेरे मन चुंबी खादी एक गरीबा और पंच हम एक जन जन गरीब तो जोर न पहुंचे पंच बिखा दी एक गरीब रखो खेद करे बिखा दी पंच बिखा दी खेद करे जीवन बीच मुश्किलात पैदा कर रहे ने जीवन दे पंद औखे हो गए उस पंज ने मैं इकल्ला खेत करे बिखा दी खेत कर दे और बहुत सताओ बड़ा दुखी बड़ा सत गया इन्हों को खाड़ा छुड़ाना चाहना जब आज इस बाबा कबीर जी का लड़ीवार शब्द सामने आया ते मैंने सिखी दा आज दा सारा सीन आज दा सारा दृश्य सामने आ गया गुरबाणी इसे भी सर्वकालिक है सर्वकालिक दा मतलब हर समय नाल संबंधित है ਮਨੁੱਖ ਦੇ ਜੀਵਨ ਵਿੱਚ ਚੇਂਜ ਆਉਂਦੀ ਰਹਿੰਦੀ ਹੈ ਜਿਉਂਦਾ ਜੀਵਨ ਨੂੰ ਇਸੇ ਲਈ ਚੱਲਦਾ ਆਖਦੇ ਨੇ ਜੀਵਨ ਨੂੰ ਇਸੇ ਲਈ ਸਫ਼ਰ ਆਖਦੇ ਨੇ ਮੈਂ ਕਈ ਵਾਰ ਕਰਨਾ ਜਿਹੜੀ ਚੀਜ਼ ਚੱਲਦੀ ਹੋਵੇ ਉਹਦੇ ਦ੍ਰਿਸ਼ ਬਦਲਦੇ ਨੇ ਜੀਵਨ ਚੱਲਦਾ ਹੈ ਕੇਵਲ ਇੱਕ ਮਨੁੱਖ ਦਾ ਨਹੀਂ ਪੂਰੀਆਂ ਕੌਮਾਂ ਦਾ ਜੀਵਨ ਚੱਲਦਾ ਪੂਰੀ ਮਨੁੱਖਤਾ ਦਾ ਜੀਵਨ ਚੱਲਦਾ ਇਹੋ ਕਾਰਨ ਹੈ ਕਿਸੇ ਮਨੁੱਖ ਦਾ ਜੀਵਨ ਵੀ ਇੱਕ ਰਸ ਨਹੀਂ ਰਹਿੰਦਾ ਜੇ ਆਖੀਏ ਕੋਈ ਮਨੁੱਖ ਸਦਾ ਹੀ ਸੁਖੀ ਰਹੇ ਕਹਿਣ ਨੂੰ ਅਸੀਂ ਜ਼ਰੂਰ ਕਹਿੰਦੇ ਜੇ ਕੋਈ ਮਨੁੱਖ ਸਦਾ ਹੀ ਦੁਖੀ ਰਹੇ ਜ਼ਰੂਰ ਕਹਿੰਦੇ ਪਰ ਐਸੀ ਗੱਲ ਨਹੀਂ ਗੁਰੂ ਨੇ ਇਸੇ ਲਈ ਇੱਕ ਲਾਈਨ ਵਿੱਚ ਦੋ ਹਰਫੀ ਫੈਸਲਾ ਸੁਣਾ ਦਿੱਤਾ ਕਹਿਣ ਲੱਗੇ ਸੁੱਖ ਤੇ ਦੁੱਖ
ਦੋਨੋਂ ਚੀਜ਼ਾਂ ਜੀਵਨ ਨਾਲ ਸੰਬੰਧਿਤ ਨੇ। ਸੁਖ ਦੁੱਖ ਬਦਲਦੇ ਰਹਿੰਦੇ ਜੀਵਨ ਵਿੱਚ ਦੁੱਖ, ਦੁੱਖ ਤੋਂ ਬਾਅਦ ਸੁੱਖ। ਕਿਉਂ? ਕਿਉਂਕਿ ਦੁੱਖ ਇਲਾਜ ਢੂੰਡਦਾ ਹੈ, ਸੁੱਖ ਵੀ ਢੂੰਡਦਾ। ਕਦੇ ਸੁਖੀ ਮਨੁੱਖ ਨੇ ਵੀ ਆਖਿਆ ਮੈਂ ਭਲਾ ਕਿਵੇਂ ਦੁਖੀ ਹੋਵਾਂ, ਮੇਰਾ ਸੁੱਖ ਚਲਾ ਜਾਏ? ਕਦੇ ਨਹੀਂ ਆਖਦਾ। ਹਾਂ, ਦੁਖੀ ਮਨੁੱਖ ਆਖਦਾ ਕੋਈ ਇਹ ਜਿਹਾ ਸਾਧਨ ਵਰਤੇ ਮੇਰਾ ਦੁੱਖ ਚਲਾ ਜਾਏ। ਇਸ ਲਈ ਖਿਆਲ ਕਰਿਓ, ਦੁੱਖ ਸੁੱਖ ਨੂੰ ਢੂੰਡਦਾ, ਉਹਦੇ ਲਈ ਉਪਰਾਲੇ ਕਰਦਾ, ਸਮਾਂ ਬਦਲਦਾ। ਬਦਲਦੇ ਹੋਏ ਸਮੇਂ ਵਿੱਚ ਜੀਵਨ ਦੇ ਸਾਧਨ ਬਦਲ ਜਾਂਦੇ ਨੇ, ਜੋ ਪ੍ਰਭਾਵ ਹੈ, ਜੋ ਕੁਝ ਬਦਲਦਾ, ਉਹਦਾ ਜ਼ਿਕਰ ਕਰਦਿਆਂ ਅਸੀਂ ਤਸਵੀਰ ਬਣਾਉਂਦੇ ਹਾਂ ਦੁੱਖਾਂ ਦੀ। ਦੁੱਖ ਇੱਕ ਤਰ੍ਹਾਂ ਨਾਲ ਨਹੀਂ ਹੁੰਦਾ, ਪਰ ਸਾਡੀ ਨਿਗਾਹ ਵਿੱਚ ਮੈਂ ਕੁਆਰਸ ਕੀਤੀ ਸੀ ਜੀਵਨ, ਕਿਉਂਕਿ ਸਰੀਰ ਦਾ ਤਨ ਦਾ ਤੇ ਜੀਵ ਦਾ ਸੁਮੇਲ ਹੈ, ਦੋ ਚੀਜ਼ਾਂ ਵੱਖਰੀਆਂ। ਜੀਵ ਅੰਦਰ ਰਹਿੰਦਾ, ਤਨ ਬਾਹਰ ਹੈ, ਤੇ ਦੋਵਾਂ ਦੇ ਦੁੱਖ ਵੀ ਵੱਖਰੇ ਨੇ। ਤਨ ਦੇ ਰੋਗ ਹੋਰ ਨੇ, ਮਨ ਦੇ ਅੰਦਰਲੇ ਰੋਗ ਹੋਰ ਨੇ, ਇਲਾਜ ਵੀ ਵੱਖਰੇ ਨੇ। ਤਨ ਦੇ ਰੋਗਾਂ ਦਾ ਇਲਾਜ ਹੋ ਰਿਹਾ, ਮਨ ਦੇ ਰੋਗਾਂ ਦਾ ਇਲਾਜ ਹੋ ਰਿਹਾ। ਤੇ ਅੱਗੇ ਚੱਲਦਿਆਂ ਮੈਂ ਇੱਕ ਗੱਲ ਕਹੀ ਸੀ, ਤਨ ਤੇ ਜੀਵ ਦੇ ਸਾਰੇ ਸਾਧਨ ਦੋ ਹਿੱਸਿਆਂ ਵਿੱਚ ਵੰਡ ਦਿੱਤੇ ਗਏ, ਜਿਹਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਰਾਜ ਤੇ ਧਰਮ, ਮੀਰੀ ਤੇ ਪੀਰੀ, ਧਰਮ ਤੇ ਰਾਜਨੀਤੀ, ਇਹ ਦੋ ਚੀਜ਼ਾਂ ਵਿੱਚ ਵੰਡ ਦਿੱਤਾ, ਦੋਵਾਂ ਨੂੰ ਆਪਣਾ ਆਪਣਾ ਹੱਕ ਦੇ ਦਿੱਤਾ, ਖੇਤਰ ਵੰਡ ਦਿੱਤੇ। ਮਨੁੱਖ ਦੇ ਤਨ ਦੀਆਂ ਜਿੰਨੀਆਂ ਜ਼ਰੂਰਤਾਂ ਨੇ ਉਹ ਰਾਜਨੀਤੀ ਨੇ ਪੂਰੀਆਂ, ਰਾਜੇ ਇਸੇ ਲਈ ਬਣੀਆਂ ਨੇ, ਸਰਕਾਰਾਂ ਇਸ ਲਈ ਬਣੀਆਂ ਨੇ, ਉਹ ਮਨੁੱਖ ਦੇ ਜੀਵਨ ਦੀਆਂ ਤਨ ਦੀਆਂ ਸਾਰੀਆਂ ਲੋੜਾਂ ਦਾ ਇੰਤਜ਼ਾਮ ਕਰੇ ਕਿ ਖਾਣਾ ਮਨੁੱਖ ਕਿੱਥੋਂ ਖਾਏਗਾ, ਮੇਰੀ ਪਰਜਾ ਖਾਣਾ ਕਿੱਥੋਂ ਖਾਏਗੀ, ਮੇਰੀ ਪਰਜਾ ਸਰਦੀਆਂ ਗਰਮੀਆਂ ਵਿੱਚ ਕਿੱਥੇ ਬਸੇਰਾ ਕਰੇਗੀ, ਉਹਨਾਂ ਲਈ ਮਕਾਨ ਤਿਆਰ ਕਰਨੇ, ਉਹਨਾਂ ਦੇ ਆਉਣ ਜਾਣ ਲਈ ਸਾਧਨ ਤਿਆਰ ਕਰ, ਜਿਹੜੇ ਵੀ ਤਨ ਨਾਲ ਸੰਬੰਧਿਤ ਸਾਧਨ ਨੇ ਉਹ ਸਾਰੇ ਰਾਜਨੀਤੀ ਦੇ ਖੇਤਰ ਵਿੱਚ ਆਉਂਦੇ ਨੇ, ਉਹਨੇ ਤਿਆਰ ਕਰਨੇ ਨੇ। ਨਾ ਕਰੇ ਇਹ ਇੱਕ ਵੱਖਰੀ ਗੱਲ ਹੈ,
ਅੱਜ ਦੇ ਯੁੱਗ ਮੁਤਾਬਕ ਨਹੀਂ ਹੋ ਰਿਹਾ, ਪਰ ਜ਼ਿੰਮੇਵਾਰੀ ਰਾਜਨੀਤੀ ਦੀ, ਰਾਜਨੀਤੀ ਬਣੀ ਇਸ ਲਈ। ਤੇ ਜਿੰਨੇ ਜੀਓ ਦੀਆਂ ਲੋੜਾਂ ਨੇ ਉਹਦੇ ਸਾਰੇ ਸਾਧਨ ਧਰਮ ਨੇ ਪੈਦਾ ਕਰਨੇ। ਸਤਸੰਗਤ ਹੈ, ਸਿਮਰਨ ਹੈ, ਚੰਗਿਆਈ ਹੈ, ਨੇਕੀ ਹੈ, ਸੇਵਾ ਹੈ, ਉਹ ਸਾਰੇ ਸਾਧਨ ਧਰਮ ਵਿੱਚੋਂ ਜਨਮ ਲੈਂਦੇ ਨੇ, ਉਹ ਜੀਵ ਦੇ ਸਾਧਨ ਨੇ। ਹੁਣ ਸਾਨੂੰ ਕਿਉਂਕਿ ਜੀਵ ਦਿਸਦਾ ਨਹੀਂ, ਉਹਦੇ ਦੁੱਖ ਵੀ ਨਹੀਂ ਦਿਸਦੇ, ਤਨ ਦਿਸਦਾ ਤੇ ਤਨ ਦੇ ਦੁੱਖ ਵੀ ਦਿਸਦੇ ਨੇ, ਤੇ ਉਹ ਤਨ ਦੇ ਦੁੱਖ ਰਾਜਨੀਤੀ ਨਾਲ ਸੰਬੰਧ ਨੇ। ਮੈਂ ਲਿਆਉਣਾ ਚਾਹੁੰਦਾ ਤੇਰਾ ਉਸ ਪਾਸੇ ਤੋਂ, ਤਨ ਦੇ ਦੁੱਖ ਜਿਹੜੇ ਨੇ ਰਾਜਨੀਤੀ ਨਾਲ ਸੰਬੰਧਿਤ ਨੇ। ਇਹੋ ਕਾਰਨ ਹੈ ਗੁਰੂ ਨੇ ਰਾਜਨੀਤੀ ਨੂੰ ਵੀ ਉਲੰਭੇ ਦੇ ਖੇਤਰ ਵਿੱਚ ਲਿਆ ਕੇ ਖੜਾ ਕਰ ਦਿੱਤਾ। ਇਸ ਲਈ ਰਾਜੇ ਸ਼੍ਰੀ ਮੁਕੁੰਦਨ ਕੁੱਤੇ ਆਖਿਆ, ਗੁਰੂ ਨੇ ਕਿਹੜੇ ਰਾਜੇ ਨਾਲ ਕੋਈ ਇਲੈਕਸ਼ਨ ਲੜਨੇ ਸਨ, ਕੋਈ ਉਹਦੇ ਕੋਲ ਉਹਨਾਂ ਕੋਲ ਰਾਜ ਹੋਣੇ ਸਨ, ਗੁਰੂ ਨੂੰ ਰਾਜਨੀਤੀ ਨਾਲ, ਕਿਉਂਕਿ ਮਨੁੱਖਤਾ ਦੇ ਤਨ ਦੀਆਂ ਜ਼ਿੰਮੇਵਾਰੀਆਂ ਆਉਂਦੀਆਂ ਨੇ ਤੇ ਮਨੁੱਖ ਗੁਰੂ ਮਾਨਵਵਾਦੀ ਹੈ। ਜਿੱਥੋਂ ਜਿਹੜੇ ਰੋਗ ਪੈਦਾ ਹੁੰਦੇ ਨੇ, ਦੁੱਖ ਪੈਦਾ ਹੁੰਦੇ ਨੇ, ਉਹਨੂੰ ਸੰਬੋਧਨ ਕਰਨਾ ਉਹਦਾ ਕੰਮ ਹੈ। ਰਿਸ਼ੀ ਮੁਕੱਦਮ ਕੁੱਤੇ ਐਵੇਂ ਨਹੀਂ ਆਖਿਆ, ਜਾਏ ਜਗਾਣੇ ਬੈਠੇ ਸੁੱਤੇ ਐਵੇਂ ਨਹੀਂ ਆਖਿਆ। ਮੁਖਾਤਬ ਕਰਨ ਦਾ ਮਤਲਬ ਇਹ ਸੀ ਵੀ ਜੋ ਤੁਹਾਡਾ ਕਰਤੱਵ ਹੈ, ਤੁਹਾਡੇ ਕੰਮ ਸੀ ਮਨੁੱਖਤਾ ਦੇ ਤਨ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਤੁਸੀਂ ਉਧਰ ਧਿਆਨ ਹੀ ਨਹੀਂ ਦੇ ਰਹੇ, ਉਹਦੇ ਵਿੱਚੋਂ ਮਨੁੱਖਤਾ ਦੁਖੀ ਹੋ ਰਹੀ। ਹੁਣ ਸੋਚਿਓ ਉਹ ਦੁਖੀ ਮਨੁੱਖਤਾ ਜਿਹੜੀ ਹੈ ਉਹੋ ਹੀ ਰਾਜ ਤੋਂ ਬਾਗੀ ਹੁੰਦੀ ਹੈ, ਹਮੇਸ਼ਾ ਬਗਾਵਤ ਦੁੱਖ ਵਿੱਚੋਂ ਪੈਦਾ ਹੁੰਦੀ ਹੈ। ਦੁਨੀਆਂ ਅੰਦਰ ਪ੍ਰਜਾ ਦਾ ਹਰ ਮਨੁੱਖ ਸੁਖੀ ਹੋਵੇ, ਕੌਣ ਬਗਾਵਤ ਕਰੇਗਾ? ਬੇਚਾਰਨਾ ਗੁਰਬਾਣੀ ਵਿੱਚੋਂ ਅਸੀਂ ਨਾਲ ਨਾਲ ਸਮਾਜ ਸਮਝੀਏ, ਗੁਰਬਾਣੀ ਸਾਡੀ ਸਰਵਕਾਲਿਕ ਹੈ, ਸਾਨੂੰ ਸਮਝਾਉਂਦੀ ਹੈ ਬਹੁਤ ਕੁਝ, ਅੱਜ ਦੇ ਸਮਾਜ ਦੇ ਹਾਲਾਤ ਨੂੰ ਵੀ ਸਮਝਾਉਂਦੀ ਹੈ। ਇਹ ਖਿਆਲ ਕਰੋ ਦੁਨੀਆਂ ਅੰਦਰ ਜਿੰਨੀਆਂ ਬਗਾਵਤਾਂ ਖੜੀਆਂ ਹੋਈਆਂ ਨੇ ਉਹਨਾਂ ਦੇ ਪਿੱਛੇ ਕੋਈ ਦੁੱਖ ਖੜਾ ਹੈ? ਦੁਨੀਆਂ ਅੰਦਰ ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਆ, ਪਿਛਲੀ ਵਾਰ ਪੜ੍ਹਿਆ ਸੀ, ਉਹਨਾਂ ਨੇ ਇੱਕ ਲਫ਼ਜ਼ ਕਹਿ, ਬੇਗਮ ਪੂਰਾ ਸ਼ਹਿਰ ਕੋ ਨਾ ਦੁੱਖ ਅੰਦੋਲ ਨਹੀਂ ਤਠਾਓ, ਨਾ ਤਸਵੀਸ ਖਿਰਾਤ ਨਾ ਮਾਲ ਖੌਫ ਨਾ ਖਤਾ ਨਾ ਸੁਖੀ ਹੈ। ਤੇ ਸੁਖੀ ਹੋਣ ਕਰਕੇ ਕਦੋਂ ਬਗਾਵਤ ਕਰੇਗਾ? ਉਹ ਕਹਿੰਦੇ ਨਹੀਂ, ਆਪ ਖੂਬ ਵਤਨ ਗਿਆ ਭਾਈ ਨੂੰ ਕਹਿ ਸਕਦੇ ਮੇਰੇ ਉੱਥੇ ਬਗਾਵਤ ਹੈ ਹੀ ਨਹੀਂ। ਸੁਖੀ ਮੈਨੂੰ ਕਦੀ ਬਗਾਵਤ ਨਹੀਂ ਕਰਦਾ। ਜਦੋਂ ਵੀ ਕਿਸੇ ਦੁਨੀਆਂ ਅੰਦਰ ਕਿਸੇ ਦੇਸ਼ ਵਿੱਚ ਕਿਸੇ ਸਰਕਾਰ ਦੇ ਸਾਹਮਣੇ ਬਗਾਵਤ ਹੋਈ ਹੈ, ਕਿਸੇ ਦੁੱਖ ਤੋਂ ਹੋਈ ਹੈ, ਅੱਜ ਵੀ ਇਹ ਹੋ ਰਿਹਾ, ਸਾਨੂੰ ਦੇਖਣਾ ਪਏਗਾ ਕਿਹੜਾ ਦੁੱਖ ਹੈ ਜਿੱਥੋਂ ਬਗਾਵਤ ਖੜੀ ਹੋ ਰਹੀ ਹੈ ਦੁਨੀਆਂ ਦੀ। ਬਗਾਵਤ ਦਾ ਮਤਲਬ ਹੈ ਰਾਜੇ ਨੂੰ ਨਾ ਮੰਨਣਾ, ਤੁਸੀਂ ਸਾਰੇ ਸਮਝਦੇ ਪੜ੍ਹੇ ਲਿਖੇ ਹੋ, ਰਾਜੇ ਦੇ ਸੰਵਿਧਾਨ ਨੂੰ, ਰਾਜੇ ਦੇ ਰਾਜ ਨੂੰ ਮਾਨਤਾ ਦੇਣੀ ਛੱਡ ਦੇਣੀ, ਇਸ ਦਾ ਨਾਮ ਬਗਾਵਤ ਹੈ। ਹੁਣ ਆ ਜਾਓ ਅੱਜ ਦੇ ਸ਼ਬਦ ਵਾਲੇ
ਮੈਂ ਚਾਹੁੰਦਾ ਇਹਨੂੰ ਅਸੀਂ ਨਾਲ ਬਰਾਬਰ ਰੱਖ ਕੇ ਸਮਝੀਏ। ਬਾਬਾ ਕਬੀਰ ਜੀ ਦਾ ਸ਼ਬਦ ਹੈ, ਕਹਿਣ ਲੱਗੇ ਤਨ ਸਰੀਰ ਮਨੁੱਖਾ ਦੇਹੀ, ਇਹ ਤਾਂ ਇੱਕ ਬੜਾ ਖੂਬਸੂਰਤ ਕਿਲਾ ਹੈ, ਗੜ ਗੁਰਬਾਣੀ ਵਿੱਚ ਵੀ ਆਇਆ ਕੰਚਨ ਕਾਇਆ ਕੋਟ ਗੜ, ਬੜਾ ਖੂਬਸੂਰਤ ਕਿਲਾ ਹੈ, ਬੜੀਆਂ ਮੁਸ਼ਕਲਾਂ ਨਾਲ ਬਣਿਆ, ਬੜੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਨਹੀਂ ਪਾਈ ਇਸ ਦੇਹੀ ਕੋ ਸਿਮਰੇ ਦੇਵ। ਬੜਾ ਬਾਂਕਾ ਕਿਲਾ ਹੈ, ਬਾਂਕਾ ਦਾ ਮਤਲਬ ਖੂਬਸੂਰਤ, ਬੜਾ ਬਾਂਕਾ ਖੂਬਸੂਰਤ ਕਿਲਾ ਹੈ, ਗੁਰੂ ਨੇ ਆਖ ਦਿੱਤਾ। ਮਾਨਸ ਜਨਮ ਦੁਲੰਬ ਹੈ, ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੰਬਾਰ, ਜੋ ਬਨ ਫਲ ਪਾਕੇ ਭੋਇ ਗਿਰੇ, ਬਹੁਰ ਨਾ ਲਾਗੇ ਡਾਰ। ਬੜਾ ਬਾਂਕਾ ਕਿਲਾ, ਖਿਆਲ ਕਰਿਓ ਜਦੋਂ ਵੀ ਰਾਜ ਬਦਲਦੇ ਨੇ, ਰਾਜ ਤਬਦੀਲ ਹੁੰਦੇ ਨੇ, ਜਦੋਂ ਵੀ ਬਗਾਵਤ ਤੋਂ ਬਾਅਦ ਕੋਈ ਚੇਂਜ ਆਉਂਦੀ ਹੈ ਤੇ ਉਹਦਾ ਹੁੰਦਾ ਕਿ ਇਹ ਸਭ ਤੋਂ ਪਹਿਲਾਂ ਕਿਲਿਆਂ ਤੇ ਕਬਜ਼ਾ ਹੋਣਾ। ਜਿੰਨੀ ਦੇਰ ਕਿਲੇ ਤੇ ਕਬਜ਼ਾ ਨਾ ਹੋਵੇ ਸਮਝੋ ਕੁਝ ਵੀ ਬਗਾਵਤ ਅਸਰ ਅੰਦਾਜ਼ ਨਹੀਂ ਹੋਈ, ਕੋਈ ਫਾਇਦਾ ਨਹੀਂ ਹੋਇਆ ਇਸ ਬਗਾਵਤ ਦਾ। ਕਹਿੰਦੇ ਨੇ ਇਹ ਸਰੀਰ ਇਹ ਤਨ ਇਹ ਮਨੁੱਖਾ ਜਨਮ ਮਨੁੱਖਾ ਜੀਵਨ ਬੜਾ ਬਾਂਕਾ ਕਿਲਾ ਸੀ, ਪਰ ਹੋਇਆ ਕਿ ਮਨ ਦੇ ਤੇ ਕਾਬਜ਼ ਹੋ ਗਿਆ। ਇੱਕ ਐਗਜ਼ਾਮਪਲ ਹੈ ਤੇ ਉਹਨੂੰ ਸਮਝਣਾ ਅੱਜ ਦੇ ਹਾਲਾਤ ਨਾਲ ਜੋੜ ਕੇ। ਕਹਿਣ ਲੱਗੇ ਮਨ ਦੇ ਤੇ ਕਾਬਜ਼ ਹੋ ਗਿਆ, ਹੁਣ ਜਿਹੜਾ ਰਾਜਾ ਬਣ ਬੈਠੇ ਕਾਬਜ਼ ਹੋ ਜਾਏ ਉਹ ਆਪਣੀ ਮਰਜ਼ੀ ਚਲਾਉਂਦਾ, ਸਰਦਾਰ ਵੀ ਹੁੰਦਾ ਵੀ ਚੱਲਣਾ ਮਰਜ਼ੀ ਵੀ ਉਸ ਰਾਜਾ ਕਹਿੰਦਾ ਜੇ ਉਹਦੀ ਮਰਜ਼ੀ ਨਾ ਚੱਲਣਾ। ਹੁਣ ਤਨ ਦੇ ਜਿੰਨੇ ਅੰਗ ਨੇ ਉਹ ਸਾਰੇ ਕਰਿੰਦੇ ਨੇ, ਗੁਰੂ ਨੇ ਬਾਣੀ ਵਿੱਚ ਬਾਬਾ ਕਬੀਰ ਜੀ ਨੇ ਇੱਕ ਹੋਰ ਥਾਂ 'ਤੇ ਵੀ ਆਖਿਆ, ਕਹਿਣ ਲੱਗਾ ਦੇਹੀ ਗਾਵਾ ਜੀਓ ਧਰ ਮੈਂ ਤੋ, ਵਸੇ ਪੰਚ ਕਿਰ ਸਨ ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋਏਗਾ, ਮੈਂ ਬਗਾਵਤ ਕਰਨਾ, ਮੈਂ ਉਸ ਗਾਓਂ ਵਿੱਚ ਇਸ ਨਗਰੀ ਵਿੱਚ ਇਸ ਸ਼ਹਿਰ ਵਿੱਚ ਇਸ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦਾ, ਬਗਾਵਤ। ਬਾਬਾ ਅਬ ਨਾ ਬਸੋਏਗਾ, ਤੁਹਾਡੀ ਘੜੀ ਕਾ ਲੇਖਾ ਮੰਗੇ, ਕਰਦਾ ਕੋਈ ਹੈ ਪੜਦਾ ਕੋਈ ਹੈ, ਬੇਦਬੀ ਕੋਲ ਕੋਈ ਕਰ ਰਿਹਾ, ਜੇਲ੍ਹ 'ਚ ਕੋਈ ਬੈਠਾ, ਰੋਜ਼ ਦੇਖਦੇ ਕੁਕਰਮ ਕੋਈ ਕਰਦਾ, ਗੋਲੀਆਂ ਕੋਈ ਖਾਂਦਾ, ਬਗਾਵਤ। ਮੈਂ ਇਸ ਨਗਰ ਵਿੱਚ ਐਸੇ ਸ਼ਹਿਰ ਵਿੱਚ ਐਸੇ ਦੇਸ਼ ਵਿੱਚ ਨਹੀਂ ਰਹਿ ਸਕਦਾ, ਕਿਉਂ ਨਹੀਂ ਰਹਿ ਸਕਦਾ, ਕਿਉਂਕਿ ਰਾਜਾ ਬਦਲ ਗਿਆ, ਰਾਜਾ ਇਸ ਕਿਸਮ ਦਾ ਆ ਗਿਆ ਜਿਹੜਾ ਜ਼ਾਲਮ ਹੈ, ਰਾਜਾ ਜ਼ਾਲਮ ਹੋ ਗਿਆ, ਪ੍ਰਜਾ ਦੁਖੀ ਹੈ,
ਬਗਾਵਤ ਖੜੀ ਹੋ ਗਈ। ਹੁਣ ਬਾਬਾ ਕਬੀਰ ਜੀ ਦਾ ਸ਼ਬਦ ਬੜਾ ਖੂਬਸੂਰਤ ਨਕਸ਼ਾ ਖਿੱਚਦਾ ਹੈ, ਕਹਿੰਦੇ ਮੈਂ ਸੋਚੀ ਪੈ ਗਿਆ। ਕਬੀਰ ਕਹਿੰਦਾ ਮੇਰਾ ਜੀਵ ਸੋਚੀ ਪੈ ਗਿਆ, ਮਨ ਇਸ ਤਨ ਦੇ ਸਰੀਰ ਦੇ ਮਨੁੱਖਾ ਜਨਮ ਦੇ ਕਿਲੇ ਤੇ ਕਾਬਜ਼ ਹੋ ਗਿਆ, ਉਹਦੀ ਮਰਜ਼ੀ ਚੱਲ ਰਹੀ, ਤਨ ਜੋ ਕੁਝ ਕਰ ਰਿਹਾ ਉਹਦੀ ਮਰਜ਼ੀ ਨਾਲ ਕਰ ਰਿਹਾ, ਜੋ ਮਨ ਕਹਿੰਦਾ ਤਨ ਉਹ ਹੀ ਕਰਨਾ ਕਰਨਾ ਹੀ, ਜਿਹੜਾ ਰਾਜਾ ਹੋਣਾ ਉਸੇ ਦੇ ਕਰ ਉਸੇ ਦੀ ਮਰਜ਼ੀ ਚੱਲਣੀ। ਕਹਿਣ ਲੱਗਾ ਮੈਂ ਬੜਾ ਪਰੇਸ਼ਾਨ ਹਾਂ, ਮੇਰਾ ਜੀਵ ਕਹਿੰਦਾ ਕਿਸੇ ਤਰ੍ਹਾਂ ਇਸ ਰਾਜੇ ਨੂੰ ਕੱਢਿਆ ਜਾਏ, ਜਿਹਦੇ ਕੋਲੋਂ ਬਗਾਵਤ ਜਿਹਦੇ ਸਾਹਮਣੇ ਹੁੰਦੀ ਹੈ, ਜਿਹਨੂੰ ਤੋਂ ਦੁਖੀ ਹੁੰਦਾ, ਪਹਿਲਾ ਸਵਾਲ ਇਹ ਹੁੰਦਾ ਵੀ ਕਿਸੇ ਤਰ੍ਹਾਂ ਰਾਜ ਬਦਲਿਆ ਜਾਏ। ਨਾਲ ਨਾਲ ਹੁਣ ਜਿਹੜੇ ਰਾਜੇ ਦੇਖੇ ਚੱਲ, ਕਹਿਣ ਲੱਗੇ ਕਿਵੇਂ ਇਸ ਰਾਜੇ ਕੋਲੋਂ ਇਹ ਤਨ ਦਾ ਬੰਕਾ ਕਿਲਾ ਖੋਵਾਂ, ਜਿਹੜਾ ਇਹ ਬਣਾ ਕੇ ਬੈਠਾ ਆਪਣੀ ਸ਼ਕਤੀ ਨਾਲ। ਹੁਣ ਕਹਿੰਦੇ ਨੇ ਉਸ ਕਿਲੇ ਦੀ ਇਹਨੇ ਮਜ਼ਬੂਤੀ ਕਿਵੇਂ ਕੀਤੀ ਹੋਈ, ਆਪਣੇ ਰਾਜ ਭਾਗ ਨੂੰ ਮਜ਼ਬੂਤ ਰੱਖਣ ਲਈ ਇਹਨੇ ਕਿਹੜੇ ਤਰੀਕੇ ਬਣਾਏ ਹੋਏ ਨੇ। ਕਹਿੰਦੇ ਨੇ ਹਰ ਚੀਜ਼ ਕਨਫਿਊਜ਼ਨ, ਤੁਹਾਨੂੰ ਆਪਣੇ ਬਿਗਾਨੇ ਦਾ ਪਤਾ ਨਾ ਲੱਗੇ, ਜਿੱਥੇ ਵੀ ਤੁਸੀਂ ਸੱਚਾਈ ਦੀ ਗੱਲ ਕਰੋ ਉੱਥੇ ਹੀ ਨਾਲ ਬੁਰਾਈ ਵੀ ਖੜੀ ਹੋਵੇ ਬਰਾਬਰ ਤੇ, ਤੁਸੀਂ ਪਛਾਣ ਨਾ ਕਰ ਸਕੋ, ਦੁਬਿਧਾ ਵਿੱਚ ਪਏ ਹੋ, ਆਹ ਕੰਮ ਕਰਾਂ ਕਿਆ ਕਰਾਂ, ਆਹ ਮਤਾ ਕਰਾਂ ਕਿਆ ਕਰਾਂ। ਰਾਜੇ ਨੇ ਆਪਣੇ ਕਿਲੇ ਦੀਆਂ ਦੋ ਦੀਵਾਰਾਂ ਬਣਾਈਆਂ ਹੁੰਦੀਆਂ ਨੇ, ਇੱਕ ਅੱਗੇ ਇੱਕ ਪਿੱਛੇ, ਤੇ ਫਿਰ ਇਹ ਨਹੀਂ ਇਹ ਹੋਰ ਮਜ਼ਬੂਤ ਕਰਨ ਲਈ ਉਸਨੇ ਤੇਵਰ ਖਾਈ ਤਿੰਨ ਗੁਣਾਂ ਦੀ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ, ਤਿੰਨ ਗੁਣ ਜਿਹੜੇ ਨੇ ਮੰਨੋ ਇਸ ਮਨ ਰਾਜੇ ਨੇ ਆਪਣੇ ਕਿਲੇ ਦੇ ਦੁਆਲੇ ਖਾਈਆਂ ਬਣਾ ਦਿੱਤੀਆਂ ਨੇ, ਜਿਹਦੇ ਵਿੱਚ ਪਾਣੀ ਛੱਡਿਆ ਹੁੰਦਾ ਤਾਂ ਕਿ ਕੋਈ ਦੁਸ਼ਮਣ ਨੇੜੇ ਨਾ ਆ ਸਕੇ, ਕੋਈ ਹਮਲਾਵਰ ਨਿਵੇੜੇ ਤੱਕ ਪਹੁੰਚ ਨਾ ਪੈਦਾ ਕਰ ਸਕੇ। ਪਾਂਚ ਪੱਚੀਸ ਮੋਹ ਮਦ ਮਤ ਸਾਰੇ, ਪੰਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਫੌਜ ਸਿਪਾ ਸਲਾਹ ਤੇ 25 ਸ਼ਾਖ ਮਤ ਦੇ ਮੁਤਾਬਕ 25 ਤੱਤ ਨੇ ਇੱਥੇ, ਇਸੇ ਲਈ 25 ਸਿਫਤ ਵਰਤੇ ਹੈ। ਤੇ ਮੋਹ ਮਦ ਨਸ਼ਾ ਰਾਜ ਭਾਗ ਦਾ ਨਸ਼ਾ, ਇਹ ਸਾਰੀਆਂ ਚੀਜ਼ਾਂ ਦੇਖ ਲਓ ਅੱਜ ਵੀ ਮੌਜੂਦ ਨੇ, ਪਕੜ ਤੇ ਰਾਜ ਭਾਗ ਦਾ ਨਸ਼ਾ, ਮੋਹ
ਮਦ ਮਦ ਕਹਿੰਦੇ ਨਸ਼ੇ ਨੂੰ ਮਤਸਰ ਇਕਲੇ ਪਾਸੇ ਨਹੀਂ ਅਗਲੇ ਪਾਸੇ ਇੱਕ ਲਫ਼ਜ਼ ਵਰਤਿਆ ਨੇ ਉਹ ਹੈ ਆਡੀ ਪ੍ਰਬਲ ਮਾਇਆ ਆ ਲਫ਼ਜ਼ ਆੜੀ ਜਿਹੜਾ ਹੈ ਨਾ ਇਸ ਸਮੇਂ ਜਿਹਨੂੰ ਆਪਾਂ ਖਾਈ ਆਖਦੇ ਹਾਂ ਜਿਹਨੂੰ ਅਸੀਂ ਦੂਜੇ ਪਾਸੇ ਮੋਰਚਾ ਆਖਦੇ ਹਾਂ ਤੁਹਾਨੂੰ ਆਮ ਕਰਕੇ ਪਿੰਡਾਂ ਵਾਲੇ ਵੀਰ ਆਪਣੇ ਕਿਸਾਨ ਵੀਰ ਬੈਠੇ ਉਹਨੂੰ ਪਤਾ ਹੈ ਆਪਾਂ ਪਾਣੀ ਵਾਲੇ ਜਿੱਥੋਂ ਪਾਣੀ ਲਗਾਈਦਾ ਉਹਨੂੰ ਕੀ ਆਖਦੇ ਹਾਂ ਆੜ ਪਿੰਡਾਂ ਵਿੱਚ ਇਹ ਪਾਣੀ ਦੀ ਆੜ ਹੈ ਆੜ ਡੂੰਘੀ ਖੱਟ ਤਾਂ ਕਿ ਪਾਣੀ ਬਾਹਰ ਨਾ ਜਾਏ ਇਹ ਆਪਣੀ ਆਮ ਵਰਤੋਂ ਦੀ ਗੱਲ ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਰੱਖਣਾ ਚਾਹੁੰਦਾ ਉਹ ਜਦੋਂ ਹੋਰ ਡੂੰਘੀ ਹੋ ਜਾਏ ਮੋਰਚਾ ਬਣ ਜਾਂਦੀ ਮੋਰਚਾ ਕੀ ਹੁੰਦਾ ਇੱਕ ਡੂੰਘੀ ਆੜ ਆੜ ਜਿਹੜੀ ਹੈ ਪਾਣੀ ਨੂੰ ਸੁਰੱਖਿਅਤ ਕਰਨ ਲਈ ਬਣਾਈ ਜਾਂਦੀ ਹੈ ਪਾਣੀ ਬਾਹਰ ਨਾ ਜਾਵੇ ਪਾਣੀ ਖਤਮ ਨਾ ਹੋ ਜਾਵੇ ਆੜ ਕਿਸਾਨ ਦੀ ਜਿਹੜੀ ਪਾਣੀ ਦੀ ਸੁਰੱਖਿਆ ਦਾ ਜਾਮਨ ਹੈ ਅਤੇ ਮੋਰਚਾ ਜਿਹੜਾ ਹੈ ਉਹ ਫੌਜ ਦੀ ਸੁਰੱਖਿਆ ਦਾ ਜਾਮਨ ਹੈ ਫੌਜ ਨੂੰ ਸੁਰੱਖਿਅਤ ਕਰਨ ਲਈ ਤਾਂ ਕਿ ਜਦੋਂ ਇਹ ਮੁਕਾਬਲੇ 'ਤੇ ਜਾਏ ਬਾਹਰਲੇ ਅਗਰ ਸਾਹਮਣੇ ਆਉਣ ਵਾਲੀ ਗੋਲੀਆਂ ਦੇ ਉੱਤੇ ਅਸਰ ਨਾ ਕਰੇ ਇਹ ਕਿਸੇ ਆੜ ਵਿੱਚ ਆੜ ਦਾ ਮਤਲਬ ਹੁੰਦਾ ਆਸਰਾ ਓਟ ਵਰਤੋਂ ਆਮ ਸਾਡੀ ਜ਼ਿੰਦਗੀ ਵਿੱਚ ਆਉਂਦੀ ਇਸ ਲਈ ਕਹਿੰਦਾ ਗੁਰਬਾਣੀ ਦੀ ਸ਼ਬਦਾਵਲੀ ਵੀ ਸਮਝਣ ਦੀ ਲੋੜ ਕਹਿੰਦੇ ਨੇ ਆੜੀ ਪਰਬਲ ਮਾਇਆ ਮਨੋ ਇਸ ਮਨ ਨੇ ਬੜਾ ਵੱਡਾ ਮੋਰਚਾ ਖੱਟਿਆ ਹੋਇਆ ਉਹ ਹੈ ਮਾਇਆ ਦਾ ਆੜੀ ਉਹਦੀ ਸੁਰੱਖਿਆ ਉਹ ਇਹਦੀ ਫੇਵਰ ਕਰਦੀ ਇਹਦੀ ਫੌਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੁਰੱਖਿਅਤ ਕਰਨ ਵਾਸਤੇ ਉਹਨੇ ਇੱਕ ਬੜੇ ਮੋਰਚੇ ਦਾ ਕੰਮ ਕੀਤਾ ਹੋਇਆ ਹੈ ਕਹਿਣ ਲੱਗੇ ਹੇ ਮੇਰੇ ਰੱਬ ਮੈਂ ਤੇ ਪਰੇਸ਼ਾਨ ਹੋ ਗਿਆ ਇਹੋ ਜਿਹੇ ਹਾਲਾਤਾਂ ਵਿੱਚ ਮਨ ਰਾਜਾ ਮੇਰੇ ਤਨ ਤੇ ਰਾਜ ਕਰ ਰਹੇ ਇਹਨੂੰ ਕੁਕਰਮਾਂ ਵਿੱਚ ਪਾ ਰਹੇ ਦੁਖੀ ਕਰ ਰਹੇ ਕਰਮ ਕਰਨੇ ਸਨ ਤਨ ਸਾਰਾ ਉਹਦੇ ਹਵਾਲੇ ਹੋ ਗਏ ਤਨ ਨੇ ਹੀ ਮੈਨੂੰ ਤੇਰੇ ਨੇੜੇ ਲਿਜਾਣਾ ਸੀ ਇਸੇ ਲਈ ਮੈਂ ਤੇਰੇ ਤੋਂ ਦੂਰ ਬੈਠਾ ਪੜ੍ਹਨੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕਰਮ ਤਨ ਨੇ ਕਰਨੇ ਨੇ ਕਰਮ ਧਰਤੀ ਸਰੀਰ ਸਾਡੇ ਬਾਣੀ ਵਿੱਚ ਆਖਿਆ ਸਰੀਰ ਜਿਹੜਾ ਉਹ ਹੈ ਹੀ ਕਰਮ ਧਰਤੀ ਇਹਦੇ ਨਾਲ ਤਨ ਨੇ ਕਰਮ ਕਰਨੇ ਨੇ ਅਤੇ ਕਰਮਾਂ ਨੇ ਤੇਰੇ ਤੋਂ ਦੂਰ ਜਾਂ ਨੇੜੇ ਕਰਨਾ ਸੀ ਵਿਕਰਮਾਂ ਭੈੜੇ ਕਰਮਾਂ ਕਰਕੇ ਤੇਰੇ ਤੋਂ ਦੂਰ ਹੋ ਰਿਹਾ ਸਾਂ ਚੰਗੇ ਕਰਮਾਂ ਕਰਕੇ ਤੇਰੇ ਨੇੜੇ ਹੋਣਾ ਸੀ ਅਤੇ ਕਰਮ ਜਿਹੜੇ ਨੇ ਉਹ ਮਨ ਦੇ ਹੱਥ ਵਿੱਚ ਹੋ ਗਏ ਨੇ ਇਸ ਲਈ ਹੁਣ ਜਿੰਨੇ ਕਰਮ ਕਰ ਰਹੇ ਹਾਂ ਉਹ ਮਨ ਮਤ ਵਿੱਚ ਕਰ ਰਹੇ ਹਾਂ ਉਹਦੇ ਸਿਧਾਂਤ ਵਿੱਚ ਕਰ ਰਹੇ ਹਾਂ ਤੇਰੇ ਤੋਂ ਦੂਰ ਜਾ ਰਹੇ ਕਹਿਣ ਲੱਗੇ ਮਨ ਤਾਂ ਇਉਂ ਧਨ 'ਤੇ ਰਾਜ ਕਰ ਰਿਹਾ ਹੈ ਕਿ ਹੇ ਮੇਰੇ ਪ੍ਰਭੂ ਅਤੇ ਇਹ ਗਰੀਬ ਜਿਹਦੇ ਕੋਲ ਫੌਜ ਵੀ ਕੋਈ ਨਹੀਂ ਜਿਹਦੇ ਕੋਲ ਮੋਰਚਾ ਵੀ ਕੋਈ ਨਹੀਂ ਜਿਹਦੇ ਕੋਲ ਸਾਥੀ ਸਾਧਨ ਵੀ ਕੋਈ ਨਹੀਂ ਮੇਰਾ ਕਿਵੇਂ ਜ਼ੋਰ ਚੱਲੇ ਮੇਰਾ ਕਿਵੇਂ ਜ਼ੋਰ ਚੱਲੇ ਕਾਮ ਕਿਵਾਰੀ ਉਹਦੇ ਕੋਲ ਕਿੰਨੇ ਸਮਾਨ ਹੈ ਉਹਦੇ ਕੋਲ ਸਮਾਨ ਕਿੰਨਾ ਵੱਡਾ ਕਹਿਣ ਲੱਗੇ ਕਾਮ ਕਿਵਾਰੀ ਕਾਮ ਦੀ ਸ਼ਕਤੀ ਮਾਨੋ ਉਸਦੇ ਦਰਵਾਜ਼ੇ ਦੀ ਜ਼ਿੰਮੇਵਾਰ ਹੈ ਕਦੋਂ ਖੋਲ੍ਹਣਾ ਕਦੋਂ ਨਹੀਂ ਖੋਲ੍ਹਣਾ
ਤੇ ਦੁੱਖ ਸੁੱਖ ਜਿਹੜੇ ਨੇ ਉਹ ਦਰਵਾਜ਼ੇ ਦੇ ਬਾਹਰ ਪਹਿਰੇਦਾਰ ਨੇ। ਤੁਸੀਂ ਕਦੇ ਕਿਲੇ ਅੱਗੇ ਜਾਓਗੇ, ਪਹਿਰੇਦਾਰ ਜਿਹੜੇ ਨੇ ਦਰਵਾਜ਼ੇ ਤੋਂ ਬਾਹਰ ਖੜੇ ਹੁੰਦੇ ਨੇ, ਤੇ ਇੱਕ ਦਰਵਾਜ਼ਾ ਖੋਲਣ ਵਾਲਾ ਪਹਿਰੇਦਾਰ ਜਿਹਦੇ ਹੱਥ ਵਿੱਚ ਉਹਦੀ ਚਾਬੀ ਹੈ, ਉਹ ਅੰਦਰ ਖੜਾ ਹੁੰਦਾ, ਉਹ ਬਾਹਰ ਨਹੀਂ ਹੁੰਦਾ। ਕਿਲਿਆਂ ਦੇ ਦਰਵਾਜ਼ੇ ਦੀ ਵੀ, ਜੇਲ੍ਹਾਂ ਦੇ ਦਰਵਾਜ਼ੇ ਦੀ ਵੀ ਇਹੋ ਪੋਜੀਸ਼ਨ ਹੁੰਦੀ। ਦਰਬਾਨ ਦੋ ਵੱਖਰੇ ਹੁੰਦੇ ਨੇ, ਤੇ ਕਿਵਾਰੀ ਜਿਹੜਾ ਦਰਵਾਜ਼ਾ ਖੋਲਣ ਵਾਲਾ ਜਿਹਦੇ ਹੱਥ ਵਿੱਚ ਉਹਦੀ ਚਾਬੀ ਹੈ, ਉਹ ਜ਼ਿਆਦਾ ਜ਼ਿੰਮੇਵਾਰ ਹੁੰਦਾ ਦਰਬਾਨਾਂ ਨਾਲ। ਇਸ ਲਈ ਉਹ ਦਰਵਾਜ਼ੇ ਦੇ ਅੰਦਰ ਹੁੰਦਾ। ਜਦੋਂ ਉਹਨੂੰ ਵਿਸ਼ਵਾਸ ਹੋ ਜਾਏ ਕਿ ਬਾਹਰਲਾ ਆਦਮੀ ਆਪਣਾ ਹੈ, ਬਾਹਰਲਾ ਪਹਿਰੇਦਾਰ ਉਹਨੂੰ ਆਵਾਜ਼ ਦੇ ਫਲਾਣਾ ਸਿੰਘ ਆਇਆ ਵੀ ਦਰਵਾਜ਼ਾ ਖੋਲ, ਉਹਨੂੰ ਪਤਾ ਲੱਗ ਜਾਏ ਇਹ ਆਪਣਾ ਹੈ ਤੇ ਨਹੀਂ ਖੋਲਣੇ, ਤਾਂ ਉਹ ਅੰਦਰੋਂ ਦਰਵਾਜ਼ਾ ਖੋਲਣਾ। ਤੇ ਗੁਰੂ ਕਹਿੰਦੇ ਨੇ ਕਾਮ ਕਵਾਲੀ ਹੈ, ਦਰਵਾਜ਼ੇ ਦੀ ਚਾਬੀ ਉਹਦੇ ਕੋਲ ਹੈ। ਦੁੱਖ ਤੇ ਸੁੱਖ ਦਰਵਾਨ ਨੇ, ਪਹਿਰੇਦਾਰ ਨੇ, ਤੇ ਪਾਪ ਤੇ ਪੁੰਨ ਰਾਜੇ ਦੇ ਕਿਲੇ ਦੀ ਮਜ਼ਬੂਤੀ ਦੇ ਮਜ਼ਬੂਤ ਦਰਵਾਜ਼ੇ ਨੇ। ਮਨੁੱਖ ਉਸੇ ਨੂੰ ਚੁਲਝਿਆ ਤੇਰੇ ਦਿਲ ਵਿੱਚ ਕਦੀ ਦਇਆ ਹੀ ਨਹੀਂ ਆਈ। ਜਦੋਂ ਤੂੰ ਆ ਜਾਏ, ਤੂੰ ਆ ਕੇ ਸਵਾਰ ਹੋ ਜਾਏ ਮਨ ਤੇ, ਉਸ ਵਕਤ ਭਰਾ ਭਰਾ ਨੂੰ ਕਤਲ ਕਰ ਦਿੰਦਾ, ਪੁੱਤਰ ਪਿਓ ਨੂੰ ਕਤਲ ਕਰ ਦਿੰਦਾ, ਕੋਈ ਰਿਸ਼ਤਾ ਨਹੀਂ ਰਹਿੰਦਾ, ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ। ਕਹਿਣ ਲੱਗੇ ਇਕੱਠ ਵਿੱਚ ਸੁਰੱਖਿਅਤ ਬੈਠਾ ਹੋਇਆ ਰਾਜਾ ਇਸ ਕਿਲੇ ਤੇ ਆਪਣਾ ਰਾਜ ਕਾਇਮ ਕੀਤੀ ਬੈਠਾ, ਤਨ ਦਾ ਕਿਲਾ ਉਹਦੇ ਹਵਾਲੇ ਹੈ। ਇਸ ਤਰ੍ਹਾਂ ਉਹ ਸਮਾਂ ਗੁਜ਼ਾਰ ਰਿਹਾ, ਉਹਦੇ ਤੱਕ ਮੇਰੀ ਪਹੁੰਚ ਕੋਈ ਨਹੀਂ, ਤੇ ਮਨ ਮਵਾਸੀ ਰਾਜਾ। ਤੇ ਜੇ ਕੋਈ ਉਹਦੇ ਨਾਲ ਦੋ ਹੱਥ ਕਰਨ ਲਈ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰੇ, ਤਾਂ ਉਹਨੂੰ ਇੱਕ ਪਤਾ ਹੋਵੇ ਉਹਨੇ ਸਵਾਦ ਸੰਨਾ ਸਵਾਦਾਂ ਦੀ ਸਨਾ ਸੰਜੋ ਪਹਿਣੀ ਪਈ, ਸਵਾਦ ਸਨਾ ਟੋਪ ਮਮਤਾ ਕੋ, ਮਮਤਾ ਦਾ ਟੋਪ ਜਿਹੜਾ ਹੈ ਉਹਨੇ ਸਿਰ ਤੇ ਪਹਿਣਿਆ ਹੋਇਆ। ਸਿਰ ਦੇ ਵਿਚਾਰਾਂ ਵਿੱਚ ਕੇਵਲ ਮਮਤਾ ਹੀ ਮਮਤਾ ਹੈ, ਉਸ ਮਮਤਾ ਦਾ ਬੱਝਿਆ ਹੋਇਆ ਮਨੁੱਖ ਕਿਤੇ ਵੀ ਨਹੀਂ ਜਾ ਸਕਦਾ, ਕੁਛ ਵੀ ਨਹੀਂ ਕਰ ਸਕਦਾ। ਕਬੁੱਧ ਭੈੜੀ ਮੱਤ ਉਹਨੇ ਕਮਾਨ ਬਣਾਈ ਹੋਈ ਹੈ, ਤੇ ਤ੍ਰਿਸ਼ਨਾ ਦੇ ਤੀਰ ਉਸ ਭੈੜੀ ਮੱਤ ਦੀ ਕਮਾਨ ਵਿੱਚ ਰੱਖ ਕੇ ਚਲਾ ਰਿਹਾ। ਦੱਸੋ ਹੇ ਮੇਰੇ ਮਾਲਕ, ਇਹ ਵਿਚਾਰਾ ਗਰੀਬ ਕਬੀਰ ਕੀ ਕਰੇ। ਕਹਿੰਦੇ ਨੇ ਸਵਾਦ ਸਨਾ ਮਮਤਾ ਕੋ ਕਬੁੱਧ ਕਮਾਨ ਚ
ਕਦਾ ਨਹੀਂ ਜਿੱਤਿਆ ਜਾ ਸਕਦਾ। ਇਹਦਾ ਮਾਲਕ ਇੱਕ ਐਸਾ ਜ਼ਾਲਮ ਰਾਜਾ ਬਣ ਗਿਆ ਜਿਹਦੀ ਮੌਜੂਦਗੀ ਵਿੱਚ, ਜਿਸਦੇ ਰਾਜ ਵਿੱਚ ਬਗਾਵਤ ਜ਼ਰੂਰ ਹੈ ਪਰ ਸਾਧਨ ਕੋਈ ਨਹੀਂ। ਬਗਾਵਤ ਵੀ ਸਾਧਨ ਵੀ ਚਾਹੀਦੇ ਨੇ। ਇੱਥੇ ਹੁਣ ਕਹਿੰਦੇ ਨੇ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਾਂ ਕਰੋ ਰੱਖਣਾ ਹੈ। ਸਮਾਂ ਹੋ ਗਿਆ, ਮੈਂ ਚਾਹੁੰਦਾ ਇਹ ਸ਼ਬਦ ਵੀ ਆਪਾਂ ਅੱਧਾ ਹੋ ਗਿਆ ਅੱਧਾ ਅਗਲੇ ਸ਼ਬਦ, ਕਿਉਂਕਿ ਕੁਦਰਤੀ ਇਹਦੇ ਦੋ ਹਿੱਸੇ ਵੀ ਸ਼ਬਦ ਦੇਸਦੇ ਨੇ, ਬਕਾਇਦਾ ਦੂਜੇ ਪੱਖ ਵਿੱਚ ਹੁਣ ਇਸਦਾ ਜਵਾਬ ਹੈ। ਇੱਥੋਂ ਤੱਕ ਮਨ ਦਾ ਸ਼ਕਤੀਸ਼ਾਲੀ ਹੋਣਾ, ਉਹਦੇ ਸਾਧਨ, ਉਹਦੇ ਵਿੱਚੋਂ ਪੈਦਾ ਹੋਏ ਦੁੱਖ, ਉਹ ਸਾਰਿਆਂ ਦਾ ਜ਼ਿਕਰ। ਹੁਣ ਸ਼ਬਦ ਦੇ ਅਗਲੇ ਹਿੱਸੇ ਵਿੱਚ ਇਹਦਾ ਮੁਕਾਬਲਾ ਕਿਵੇਂ ਕਰਨਾ, ਇਹਦੇ ਕੋਲੋਂ ਰਾਜ ਕਿਵੇਂ ਖੋਣ, ਇਸ ਰਾਜ ਨੂੰ ਖਤਮ ਕਰਕੇ ਚੰਗਾ ਰਾਜ ਕਿਵੇਂ ਲਿਆਉਣਾ, ਸਾਡੀਆਂ ਇਹੋ ਹੀ ਲੋੜਾਂ ਨੇ ਅੱਜ ਵੀ। ਸ਼ਬਦ ਦੇ ਅਗਲੇ ਹਿੱਸੇ ਵਿੱਚ ਬਾਬਾ ਕਬੀਰ ਜੀ ਨੇ ਇਹ ਜਵਾਬ ਦਿੱਤਾ ਜਿਹੜਾ ਸਾਡਾ ਸਮਝਣਾ ਜ਼ਰੂਰੀ ਹੈ। ਇਸ ਸ਼ਬਦ ਦੀ ਇੱਥੇ ਆਰੰਭ ਕਰਕੇ ਸਮਾਪਤ ਕਰਨਾ ਹੈ ਜਿੱਥੇ ਉਹ ਆਪਣੇ ਮਨ ਦਾ ਇਹ ਦੁੱਖ ਮਹਿਸੂਸ ਕਰਾਉਂਦੇ ਨੇ, ਹੇ ਮੇਰੇ ਪ੍ਰਭੂ ਇਹੋ ਜਿਹੇ ਹਾਲਾਤ ਨੇ, ਮਨ ਜ਼ਾਲਮ ਰਾਜੇ ਦੇ ਰਾਜ ਵਿੱਚ, ਤਨ ਦੇ ਇਸ ਗੜ ਕਿਲੇ ਅੰਦਰ ਜਿੱਥੇ ਪਰਜਾ ਦੁਖੀ ਹੈ, ਬਗਾਵਤ ਹੋ ਰਹੀ ਹੈ ਪਰ ਮਜਬੂਰੀ ਹੈ, ਸਾਡੇ ਕੋਲ ਉਸਦਾ ਮੁਕਾਬਲਾ ਕਰਨ ਦੇ ਸਾਧਨ ਕੋਈ ਨਹੀਂ, ਜ਼ੋਰ ਕੋਈ ਨਹੀਂ, ਮੈਂ ਉਹਦਾ ਰਾਜ ਕਿਵੇਂ ਬਦਲਾਂ, ਬਾਬਾ ਕਵੀ ਰੱਖਦੇ ਨੇ। ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਬਹੁਤ ਮਤ ਸਾਰੇ
ਬਖਸ਼ਿਸ਼ ਹੈ। ਅਗਲੇ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਜ਼ਾਲਿਮ ਰਾਜ ਆਉਂਦੇ ਨੇ, ਬਗਾਵਤਾਂ ਵੀ ਹੁੰਦੀਆਂ ਨੇ, ਔਕੜਾਂ ਵੀ ਆਉਂਦੀਆਂ ਨੇ, ਪਰੇਸ਼ਾਨੀਆਂ ਵੀ ਹਨ, ਤਿਸ਼ਨਾ ਦੇ ਤੀਰ ਵੀ ਚੜ੍ਹਦੇ ਨੇ, ਕਬੂਦੀ ਦੀਆਂ ਕਮਾਨਾਂ ਵੀ ਹੁੰਦੀਆਂ ਨੇ, ਕ੍ਰੋਧ ਦਾ ਪ੍ਰਧਾਨ ਬੜਦੁੰਦਰ ਕਲੇਸ਼ ਪੈਦਾ ਵੀ ਹੁੰਦੇ ਨੇ। ਪਰ ਕਹਿਣ ਲੱਗੇ ਨਿਰਾਸ਼ ਹੋਣ ਦੀ ਲੋੜ ਨਹੀਂ। ਹੁਣ ਅਗਲੇ ਪਾਸੇ ਬਾਬਾ ਕਬੀਰ ਕਹਿੰਦਾ, ਆ ਇਸ ਰਾਜ ਨੂੰ ਬਦਲਣ ਵਾਸਤੇ ਤੈਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਲੈ ਉਹ ਵੀ ਸਮਝਣ ਵਾਲੀ ਗੱਲ ਹੈ, ਉਹ ਵੀ ਅੱਜ ਦੇ ਸਮਾਜ ਵਿੱਚ ਲੋੜ ਹੈ। ਅਗਲੇ ਪਾਸੇ ਇਹ ਸਮਝਾਉਣਗੇ ਕਿ ਜੇ ਤੂੰ ਇਸ ਰਾਜ ਤੋਂ ਪਰੇਸ਼ਾਨ ਹੈ, ਰਾਜ ਦੇ ਸਾਹਮਣੇ ਮੇਰੀ ਬਗਾਵਤ ਹੀ ਸਭ ਕੁਛ ਨਹੀਂ ਹੁੰਦੀ, ਉਸ ਬਗਾਵਤ ਨੂੰ ਸਫਲ ਕਰਨ ਲਈ ਕੁਝ ਸਾਧਨ ਚਾਹੀਦੇ ਨੇ, ਉਹ ਵੀ ਪੈਦਾ ਕਰਨੇ ਪੈਂਦੇ ਨੇ ਤਾਂ ਕਿ ਰਾਜ ਬਦਲਿਆ ਜਾ ਸਕੇ, ਹਾਲਾਤ ਬਦਲੇ ਜਾ ਸਕਣ। ਉਹ ਫੈਸਲਾ ਬਾਬਾ ਕਬੀਰ ਜੀ ਸ਼ਬਦ ਦੇ ਅਗਲੇ ਹਿੱਸੇ ਵਿੱਚ ਦੇਣਗੇ, ਉਹ ਸਪਸ਼ਟ ਦੇਣਗੇ। ਸਾਨੂੰ ਸੋਚਣਾ ਪਏਗਾ ਕਿ ਇਹ ਸਮਾਨ ਸਾਡੇ ਕੋਲ ਤਿਆਰ ਹੈ। ਬੜੇ ਖੁਲਾਸੇ ਨਾਲ ਗੁਰੂ ਨੇ ਉਹ ਬਾਬਾ ਕਬੀਰ ਜੀ ਦੀ ਰਚਨਾ 'ਤੇ ਬੈਠ ਕੇ ਉਸ ਸਮਾਨ ਦੀ ਤਰਤੀਬ ਦਿੱਤੀ ਹੈ। ਆਓ ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜਾ ਚੱਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।